ਮਾਨਯੋਗ ਡੀਸੀ ਸਾਹਿਬ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਆਲੇ ਸੈਂਟਰਾਂ ਵਾਲਿਆਂ ਨਾਲ ਕੰਸਲਟੈਂਸੀ ਟਰੈਵਲ ਏਜੰਸੀ ਟਿਕਟਿੰਗ ਏਜੰਟਾਂ ਨਾਲ ਕੱਲ੍ਹ ਸਾਡੀ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਇਹਨਾਂ ਨੂੰ ਹਦਾਇਤ ਕੀਤੀ ਗਈ ਕਿ ਜਿੰਨੇ ਰਜਿਸਟਰਡ ਟਰੈਵਲ ਏਜੰਟ ਆ ਉਹੀ ਚਲਾਉਣ, ਦੂਜੇ ਬੰਦ ਕਰ ਦੇਣ, ਜੋ ਵੀ ਹੈ ਆਈਲੈਟਸ ਵਗੈਰਾ। ਇਸ ਤੋਂ ਇਲਾਵਾ ਇਹਨਾਂ ਨੂੰ ਅਸੀਂ ਜਿਹੜਾ ਹੈਗੇ ਆ ਜਿਨ੍ਹਾਂ ਦੇ ਲਾਇਸੈਂਸ ਨਿਊ ਕਰਾਉਣ ਵਾਲੇ ਨਿਊ ਕਰਾਉਣ, ਜਿਵੇਂ ਕਿ 6 ਮਹੀਨਿਆਂ ਬਾਅਦ ਇਹਨਾਂ ਨੂੰ ਇੱਕ ਰਿਪੋਰਟ ਭੇਜਦੇ ਹਾਂ ਮਾਨਯੋਗ ਡੀਸੀ ਸਾਹਿਬ ਨੂੰ, ਉਹ ਪ੍ਰੋਪਰ ਭੇਜਣ, ਮਹੀਨੇ ਵਾਲੀ ਭੇਜਣ ਪ੍ਰੋਪਰ। ਇਸ ਤੋਂ ਬਾਅਦ ਜਿੱਦਾਂ ਫਾਇਰ ਸੇਫਟੀ ਹੈਗੇ ਆ ਉਹ ਆਪਣੇ ਜਾਰੀ ਰੱਖਣ। ਇਸ ਤੋਂ ਇਲਾਵਾ ਜਿਹੜਾ ਡਿਸਪਲੇ ਦੇ ਉੱਤੇ ਬੋਰਡ ਆਪਣਾ ਲਾਇਸੈਂਸ ਹੈਗਾ ਉਹਦੀ ਫੋਟੋ ਕਾਪੀ ਚੁਕਾ ਕੇ ਬਕਾਇਦਾ ਪ੍ਰੋਪਰ ਰੱਖਣ, ਇਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ। ਅਤੇ ਜਿਹੜੇ ਦੇ ਕੋਲ ਲਾਇਸੈਂਸ ਨਹੀਂ ਹੈਗੇ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ ਇਮੀਡੀਏਟਲੀ ਬੰਦ ਕਰ ਦੇਣ ਜਾਂ ਮਾਨਯੋਗ ਡੀਸੀ ਸਾਹਿਬ ਦੇ ਦਫ਼ਤਰ ਤੋਂ ਆਪਣੀਆਂ ਉਹ ਜਾਰੀ ਕਰਾਉਣ। ਅੱਜ ਮਾਣਯੋਗ SHO ਸਾਹਿਬ ਨੇ ਵੱਖ ਵੱਖ ਅਦਾਰੇ ਜਿਨ੍ਹਾਂ 'ਚ ਆਇਲਸ ਇੰਸਟੀਚਿਊਟ, ਵੀਜ਼ਾ ਕੰਸਲਟੈਂਟ, ਟਰੈਵਲ ਏਜੰਸੀਆਂ ਅਤੇ ਏਅਰ ਟਿਕਟਿੰਗ ਵਾਲੇ ਸਾਰੇ ਅਦਾਰਿਆਂ ਦੀ ਇੱਕ ਮੀਟਿੰਗ ਬੁਲਾਈ ਸੀਗੀ, ਔਰ ਉਸ ਮੀਟਿੰਗ ਦੌਰਾਨ ਉਹਨਾਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ ਦੇ ਅਧੀਨ ਜਿਹੜੀ ਲਾਇਸੈਂਸ ਲੈਣਾ ਜ਼ਰੂਰੀ ਹੈ ਉਸ ਬਾਰੇ ਜਾਣਕਾਰੀ ਦਿੱਤੀ ਅਤੇ ਵੱਖ ਵੱਖ ਅਦਾਰਿਆਂ ਦੇ ਲਾਇਸੈਂਸ ਜਿਹੜੇ ਨੇ ਚੈੱਕ ਕੀਤੇ, ਔਰ ਇਸ ਦੌਰਾਨ ਸਿਰਫ 10 ਜਾਂ 11 ਜਿਹੜੇ ਅਦਾਰੇ ਨੇ ਉਹ ਜਿਹੜੇ ਅਧਿਕਾਰਤ ਪਾਏ ਗਏ ਜਿਨ੍ਹਾਂ ਦੇ ਕੋਲ ਲਾਇਸੈਂਸ ਸੀਗਾ, ਔਰ ਕਾਫੀ ਜਿਹੜੇ ਅਦਾਰੇ ਨੇ, ਕਾਫੀ ਇੰਸਟੀਚਿਊਟ ਨੇ ਮਕੇਰੀਆਂ ਦੇ ਜਿਹੜੇ ਅਣਅਧਿਕਾਰਤ ਪਾਏ ਗਏ ਜਿਨ੍ਹਾਂ ਦੇ ਕੋਲ ਆਇਲਸ ਬਣਾਉਣ ਦਾ ਜਾਂ ਵੀਜ਼ਾ ਲਗਵਾਉਣ ਦਾ ਜਾਂ ਟਿਕਟਾਂ ਵੇਚਣ ਦਾ ਕੋਈ ਜਿਹੜਾ ਲਾਇਸੈਂਸ ਨਹੀਂ ਪਾਇਆ ਗਿਆ। ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਲਗਭਗ 80% ਜੋ ਵੀ ਨੌਜਵਾਨ ਨੇ, ਯੁਵਾ ਪੀੜ੍ਹੀ ਹੈ, ਉਹ ਉੱਚ ਸਿੱਖਿਆ ਲੈਣ ਦੇ ਲਈ ਕੈਨੇਡਾ, ਆਸਟ੍ਰੇਲੀਆ ਜਾਂ UK ਵਗੈਰਾ ਜਾ ਰਹੀ ਹੈ, ਔਰ ਇਸ ਜਿਹੜੇ ਪ੍ਰੋਸੈਸ ਨੂੰ ਸੁਖਾਵਾਂ ਬਣਾਉਣ ਦੇ ਲਈ ਕਿ ਇਹਨਾਂ ਵਿਦਿਆਰਥੀਆਂ ਦੇ ਨਾਲ ਲੁੱਟ ਖਸੁੱਟ ਨਾ ਹੋਏ, ਪੰਜਾਬ ਸਰਕਾਰ ਦੁਆਰਾ 2013-14 ਦੇ ਵਿੱਚ ਇੱਕ ਐਕਟ ਬਣਾਇਆ ਗਿਆ ਸੀ ਜਿਹਦਾ ਨਾਮ ਹੈ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ। ਉਹਦੇ ਅਧੀਨ ਜਿਹੜੀ ਵੀ ਏਜੰਸੀਆਂ, ਜਿਹੜੀਆਂ ਵੀ ਸੰਸਥਾਵਾਂ, ਜਿਹੜੇ ਵੀ ਅਦਾਰੇ ਬੱਚੇ ਨੂੰ ਵਿਦੇਸ਼ ਪੜ੍ਹਾਈ ਲਈ ਭੇਜਣ ਦੇ ਵਿੱਚ ਆਪਣਾ ਯੋਗਦਾਨ ਨਿਭਾਉਂਦੇ ਨੇ, ਚਾਹੇ ਉਹ ਇੱਕ ਆਇਲਸ ਇੰਸਟੀਚਿਊਟ ਹੋਵੇ, ਚਾਹੇ ਉਹ ਕੋਈ ਵੀਜ਼ਾ ਕੰਸਲਟੈਂਟ ਹੋਏ, ਚਾਹੇ ਉਹ ਕੋਈ ਟਰੈਵਲ ਏਜੰਸੀ ਹੋਏ, ਚਾਹੇ ਉਹ ਕੋਈ ਉਹਨੂੰ ਟਿਕਟ ਦੇਣ ਵਾਲਾ ਹੀ ਹੋਏ, ਇਹਨਾਂ ਸਾਰਿਆਂ ਦੇ ਲਈ ਉਹ ਐਕਟ ਇੱਕ ਬਣਾਇਆ ਸੀਗਾ ਕਿ ਉਸ ਐਕਟ ਦੇ ਵਿੱਚ ਲਾਇਸੈਂਸ ਹੋਲਡਰ ਹੀ ਇਹ ਸਾਰੀਆਂ ਸੇਵਾਵਾਂ ਬੱਚਿਆਂ ਨੂੰ ਦੇ ਸਕਦੇ ਨੇ। ਔਰ ਉਸ ਲਾਇਸੈਂਸ ਦਾ ਹੋਣਾ ਹੀ ਆਪਣੇ ਆਪ ਦੇ ਵਿੱਚ ਇੱਕ ਸਰਕਾਰ ਦੇ ਜਿਹੜੇ ਮਾਪਦੰਡ ਨੇ ਜਾਂ ਸਰਕਾਰ ਦੇ ਜਿਹੜੇ ਨਿਯਮ ਨੇ ਉਹਨਾਂ ਦੀ ਪਾਲਣਾ ਮੰਨਿਆ ਗਿਆ ਹੈ, ਕਿਉਂਕਿ ਜਿਹੜੇ ਬੰਦੇ ਕੋਲ ਲਾਇਸੈਂਸ ਹੈ ਉਹਨੂੰ ਉਹ ਸਾਰੇ ਸਰਕਾਰੀ ਜਿਹੜੇ ਨਿਯਮ ਨੇ ਉਹਨਾਂ ਦੀ ਪਾਲਣਾ ਕਰਨੀ ਹੀ ਪੈਂਦੀ ਹੈ। ਤੋ ਜਿਹੜਾ ਮਾਣਯੋਗ SHO ਸਾਹਿਬ ਦਾ ਅੱਜ ਦਾ ਮਕਸਦ ਇਹੀ ਸੀਗਾ ਕਿ ਇਹ ਬੱਚਿਆਂ ਦੇ ਨਾਲ ਧੋਖਾ ਨਾ ਹੋਏ, ਇਸ ਕਰਕੇ ਮਖੇਰੀਆਂ ਦੇ ਅਦਾਰੇ ਜਾਂਚੇ ਗਏ ਨੇ ਕਿ ਕਿਹਨਾਂ ਦੇ ਕੋਲ ਉਹ ਲਾਇਸੈਂਸ ਹੈਗਾ ਔਰ ਕਿਹਨਾਂ ਦੇ ਕੋਲ ਨਹੀਂ ਹੈਗਾ। ਕਾਫੀ ਜਿਹੜੇ ਅਦਾਰੇ ਨੇ ਉਹਨਾਂ ਕੋਲ ਲਾਇਸੈਂਸ ਜਿਹੜਾ ਪਾਇਆ ਗਿਆ ਔਰ ਨਾਲ ਉਹਦੀਆਂ ਹੋਰ ਸ਼ਰਤਾਂ ਜਿਹੜੀਆਂ ਸਾਰੇ ਪੂਰੀਆਂ ਕਰਦੇ ਸੀਗੇ, ਪਰੰਤੂ ਕਾਫੀ ਵਿੱਚ ਇਦਾਂ ਦੇ ਵੀ ਅਦਾਰੇ ਪਾਏ ਗਏ ਨੇ ਜਿਨ੍ਹਾਂ ਦੇ ਕੋਲ ਇਹ ਵਾਲਾ ਲਾਇਸੈਂਸ ਜਿਨ੍ਹਾਂ ਨੇ ਨਹੀਂ ਲਿੱਤਾ ਔਰ ਉਸ ਲਾਇਸੈਂਸ ਤੋਂ ਬਗੈਰ ਹੀ ਇਹ ਸਾਰੀਆਂ ਸਰਵਿਸਿਸ ਬੱਚਿਆਂ ਨੂੰ ਦੇਈ ਜਾ ਰਹੇ ਨੇ। ਔਰ ਵਾਰ ਵਾਰ ਇਹ ਚੀਜ਼ਾਂ ਅਖਬਾਰਾਂ ਦੇ ਵਿੱਚ ਵੀ ਆਉਂਦੀਆਂ ਨੇ ਕਿ ਲਾਇਸੈਂਸ ਲੈਣਾ ਜ਼ਰੂਰੀ ਹੈ, ਸਰਕਾਰ ਆਪਣਾ ਨੋਟੀਫਾਈ ਵੀ ਕਰਦੀ ਹੈ, ਨੋਟੀਫਿਕੇਸ਼ਨ ਵੀ ਕੱਢਦੀ ਹੈ, ਪਰ ਜਿਹੜੇ ਅਦਾਰੇ ਇਹ ਲਾਇਸੈਂਸ ਨਹੀਂ ਲੈ ਰਹੇ ਉਹਨਾਂ ਨੂੰ ਸਖਤ ਤੌਰ 'ਤੇ ਤਾੜਨਾ ਦਿੱਤੀ ਹੈ ਮਾਣਯੋਗ SHO ਸਾਹਿਬ ਨੇ ਵੀ, ਆਪਣੇ ਲਾਇਸੈਂਸ ਲੈ ਕੇ ਕੰਮ ਕਰੋ, ਉਨੇ ਚਿਰ ਤੁਸੀਂ ਕੰਮ ਨਹੀਂ ਕਰ ਸਕਦੇ, ਆਪਣੇ ਜਿਹੜੇ ਵਪਾਰ ਨੇ ਤੁਸੀਂ ਗੈਰ ਕਾਨੂੰਨੀ ਢੰਗ ਨਾਲ ਚਲਾ ਰਹੇ ਹੋ ਉਹਨਾਂ ਨੂੰ ਬੰਦ ਕਰ ਦਿਓ। ਅਸੀਂ ਸਾਰੇ ਜਿਹੜੇ ਰਜਿਸਟਰਡ ਕੰਸਲਟੈਂਟ ਆ, ਰਜਿਸਟਰਡ ਆਇਲਸ ਇੰਸਟੀਟਿਊਸ਼ਨ ਵਾਲੇ ਹਾਂ, ਮਾਣਯੋਗ SHO ਸਾਹਿਬ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਜੇ ਇੱਦਾਂ ਦੀਆਂ ਤਾੜਨਾਵਾਂ ਟਾਈਮ ਟਾਈਮ 'ਤੇ ਇੱਦਾਂ ਦੇ ਮੀਟਿੰਗਸ ਵਗੈਰਾ ਰੱਖੀਆਂ ਜਾਣ ਅਤੇ ਵਾਕਈ ਸਟੂਡੈਂਟਸ ਦੇ ਨਾਲ ਜੋ ਆਪਣੇ ਉਜਵਲ ਭਵਿੱਖ ਦੇ ਲਈ ਵਿਦੇਸ਼ ਜਾਣਾ ਚਾਹੁੰਦੇ ਨੇ ਉਹਨਾਂ ਦੇ ਨਾਲ ਕੋਈ ਧੋਖਾ ਨਹੀਂ ਹੋਏਗਾ। ਧੰਨਵਾਦ।